ਬੀਤੇ ਦਿਨੀ ਅੰਮ੍ਰਿਤਸਰ ਦੇ ਸੁਲਤਾਨਵਿੰਡ ਇਲਾਕੇ 'ਚ ਕ੍ਰਿਸਚੀਅਨ ਪਰਿਵਾਰ ਦੇ ਨਾਲ ਨਿਹੰਗ ਸਿੰਘਾਂ ਦੀ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਵਿੱਚ ਦੱਸਿਆ ਗਿਆ ਕਿ ਧਰਮ ਪ੍ਰਚਾਰ ਨੂੰ ਲੈ ਕੇ ਨਿਹੰਗ ਸਿੰਘਾਂ ਦੇ ਵੱਲੋਂ ਪਾਸਟਰਾਂ 'ਤੇ ਹਮਲਾ ਕੀਤਾ ਗਿਆ, ਜਿਸ ਦੌਰਾਨ ਦੋ ਕ੍ਰਿਸਚੀਅਨ ਭਾਈਚਾਰੇ ਦੇ ਲੋਕ ਜ਼ਖਮੀ ਹੋਏ, ਜਿਨ੍ਹਾਂ ਨੂੰ ਸਥਾਨਕ ਹਸਪਤਾਲ ਦਾਖਲ ਕਰਵਾਇਆ ਗਿਆ। ਉਹਨਾਂ ਦੀ ਹਾਲਤ ਗੰਭੀਰ ਜ਼ਖਮੀ ਦੇਖਦੇ ਹੋਏ ਉਹਨਾਂ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਸੀ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਾਸਟਰ ਜੋਨੀ ਨੇ ਅੱਗੇ ਜੋ ਦੱਸਿਆ, ਪਹਿਲਾਂ ਉਹ ਸੁਣੋ ਫਿਰ ਪੂਰਾ ਮਾਮਲਾ ਕੀ ਹੈ ਉਹ ਦੱਸਾਂਗੇ। ਪਾਸਟਰ ਗੁਰਜੀਤ ਬੰਦੋਵਾਲੇ ਪਲਾਟ ਸ਼ਿਵਾਜੀ ਸੇਵਾ ਕਰਦਾ 10 ਸਾਲ ਤੋਂ, ਔਰ ਉਹਨਾਂ ਨੇ ਅੰਗੜੇ ਪਹਿਲਾਂ ਵੀ ਮੈਨੂੰ ਧਮਕੀਆਂ ਦਿੱਤੀਆਂ ਸੀ ਚਰਚ ਬੰਦ ਕਰਨ ਦੇ ਲਈ, ਸੇਵਾ ਬੰਦ ਕਰਨ ਦੇ ਲਈ। ਔਰ ਕੱਲ੍ਹ ਮੈਂ ਬਸ ਮੇਰੇ ਭਰਾ ਦੇ ਨਾਲ ਉਹਨਾਂ ਨੇ ਆਪਣੀ ਗੱਡੀ ਲਾਈ ਸੀ, ਭਰਾ ਮਾੜੀ ਮੋਟੀ ਬਹਿਸ ਹੋਈ, ਮੈਂ ਆਪਣੇ ਭਰਾ ਨੂੰ ਲੈਣ ਗਿਆ, ਔਰ ਉਹਨੇ ਉਸੇ ਕਰਕੇ ਉਹਨਾਂ ਨੇ ਸੇਵਾ ਦੇ ਕਰਕੇ ਮੇਰੇ ਤਲਵਾਰਾਂ ਮਾਰੀਆਂ ਨੇ, ਤਾਂ ਕਿ ਇਹ ਬੰਦਾ ਇੱਥੇ ਸੇਵਾ ਕਰਦਾ ਵਾ, ਕਹਿੰਦੇ ਤੂੰ ਇੱਥੇ ਚਰਚ ਨਹੀਂ ਲਾਉਣਾ, ਤੂੰ ਛੱਡ ਕੇ ਚੱਲ ਜਾ ਇਲਾਕਾ, ਸੇਵਾ ਬੰਦ ਕਰ ਦੇ। ਅਵਤਾਰ ਸਿੰਘ ਬਾਕੀ ਉਹਦਾ ਮੁੰਡਾ ਗੰਗੂ, ਇੱਕ ਨਿਸ਼ਾਨ ਭਤੀਜਾ ਕੁੱਦਾ। ਮੈਂ ਮੰਗ ਕਰਦਾ ਉਹਨਾਂ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ, ਤਾਂ ਕਿ ਉਹ ਹੋਰਨਾਂ ਲੋਕਾਂ ਨੂੰ ਰੱਬ ਦਾ ਪ੍ਰਚਾਰ ਕਰਨ ਤੋਂ ਰੋਕ ਸਕਣ। ਇਹ ਜੋ ਤੁਸੀਂ ਸੁਣਿਆ ਇਹ ਪੂਰਾ ਸੱਚ ਨਹੀਂ, ਇਹ ਆਪਸੀ ਭਾਈਚਾਰਕ ਸਾਂਝ ਨੂੰ ਖਰਾਬ ਕਰਨ ਦੀ ਅਫਵਾਹ ਹੈ। ਪਤਾ ਨਹੀਂ ਕਿਉਂ ਪਾਸਟਰਾਂ ਵੱਲੋਂ ਇਸ ਨੂੰ ਧਰਮੀ ਰੰਗਤ ਦਿੱਤੀ ਜਾ ਰਹੀ ਹੈ। ਹੁਣ ਪੂਰਾ ਮਾਮਲਾ ਸੁਣੋ ਇਸ ਸਥਾਨਕ ਚਸ਼ਮਦੀਦ ਸੁਰਿੰਦਰ ਸਿੰਘ ਦੇ ਜ਼ੁਬਾਨੀ। ਮੇਰਾ ਨਾਂ ਸੁਰਿੰਦਰ ਸਿੰਘ ਜੀ, ਇਹ ਮੰਦਰ ਵਾਲੇ ਪਲਾਟ ਆ, ਸੰਧੂ ਕਲੋਨੀ ਦੇ ਅਗਲੇ 4 ਨੰਬਰ ਗਲੀ, ਤੇ ਇੱਥੇ ਮੁੰਡੇ ਨੇ ਗੱਡੀ ਲਿਆ ਖਲਾਰੀ ਆ ਲੰਘਣ ਵਾਸਤੇ, ਤੇ ਨਿਹੰਗ ਦੀ ਗੱਡੀ ਉੱਥੇ ਖਲੋਤੀ, ਨਿਹੰਗ ਉਹਨਾਂ ਨਾਲ ਲੜਨ ਡਿਆ ਪਹਿਲੇ, ਤੇ ਫਿਰ ਮੁੜ ਕੇ ਉਹਨੂੰ ਆਉਂਦਾ ਵੀ ਉਹ ਆਉਂਦਾ ਬਾਬਾ ਜੀ ਛੇਤੀ ਕਰੋ ਗੱਡੀ ਪਰੇ ਕਰੋ, ਮੈਂ ਜਾਣਾ ਜਲਦੀ ਕੰਮ 'ਤੇ, ਤੇ ਉਹ ਆਉਂਦਾ ਵੀ ਤੈਨੂੰ ਛੇਤੀ ਅਸੀਂ ਗੱਡੀ ਨਹੀਂ ਪਰੇ ਕਰਨੀ। ਨਿਹੰਗ ਉਹਨਾਂ ਨੇ ਕਿਹਾ ਵੀ ਅਸੀਂ ਗੱਡੀ ਨਹੀਂ ਪਰੇ ਕਰਨੀ, ਤੇ ਤੈਨੂੰ ਜਲਦੀ 'ਤੇ ਲੈ ਜਾ। ਉਹ ਆਉਂਦਾ ਮੈਂ ਇਹਦੀ ਜਾਣਾ ਮੇਨ ਸੜਕ ਹੈ, ਕਿੱਧਰ ਦੀ ਜਾਣਾ। ਇਸੇ ਗੱਲ ਤੋਂ ਸਾਰੀ ਲੜਾਈ ਹੋ ਗਈ। ਇਹਦੇ ਉਹਨਾਂ ਦੋਵਾਂ ਭਰਾਵਾਂ ਨੂੰ ਲੱਗੀਆਂ, ਇੱਕ ਦੇ ਬਾਂਹ ਵੱਢੀ ਗਈ, ਇੱਕ ਦੀ ਛਾਤੀ ਦੇ ਇੱਥੇ ਮਾਰੀ ਕਿਰਪਾਨ। ਦੇਖੋ ਕਈ ਵਾਇਰਲ ਵੀਡੀਓਜ਼ ਵੀ ਜਾ ਰਹੀਆਂ ਨੇ ਜਿਹਦੇ ਵਿੱਚ ਕਿਹਾ ਜਾ ਰਿਹਾ ਹੈਗਾ ਕਿ ਇਹ ਦੋਨੋਂ ਬੰਦਿਆਂ ਦੀ ਝੜਪ ਕੋਈ ਧਰਮ ਪ੍ਰਚਾਰ ਨੂੰ ਲੈ ਕੇ ਹੋ ਰਹੀ ਹੈ। ਇਹ ਜਿੱਥੇ ਅਸੀਂ ਖੜੇ ਹਾਂ ਇੱਥੇ ਵਾਕਿਆ ਹੈਗਾ, ਅਤੇ ਇੱਥੇ ਤੁਸੀਂ ਦੇਖ ਰਹੇ ਹੈਗੇ ਹੋ ਕਿ ਭੀੜੀਆਂ ਗਲੀਆਂ ਨੇ, ਇੱਕ ਸਾਈਡ ਤੋਂ ਜਦ ਇੱਕ ਮੋਟਰਸਾਈਕਲ ਰਿਕਸ਼ਾ ਅਤੇ ਦੂਜੀ ਸਾਈਡ ਤੋਂ ਜਦ ਇੱਕ ਸਿਡਾਨ ਗੱਡੀ ਆਈ, ਅਤੇ ਉਹ ਦੋਨੋਂ ਆਪਸ 'ਚ ਭਿੜ ਗਈਆਂ। ਇਸ ਨੂੰ ਲੈ ਕੇ ਇਹਨਾਂ ਦੀ ਇੱਥੇ ਲੜਾਈ ਝਗੜਾ ਹੋਇਆ। ਮੈਂ ਸਾਰੇ ਨਾਗਰਿਕਾਂ ਤੇ ਮੀਡੀਆ ਨੂੰ ਬੇਨਤੀ ਕਰਦੀ ਹਾਂ ਕਿ ਆਪਣੀ ਰਿਸਪੋਂਸਿਬਿਲਿਟੀ ਨਿਭਾਉਂਦੇ ਹੋਏ ਇਹਦਾ ਜਿਹੜਾ ਟਰੂਥ ਹੈਗਾ ਇਸ ਇੰਸੀਡੈਂਟ ਦਾ ਉਹਨੂੰ ਦਰਸਾਉਣ। ਇਹ ਜਿਵੇਂ ਅਸੀਂ ਜਿੱਥੇ ਅਸੀਂ ਖੜੇ ਹੈਗੇ ਹਾਂ ਇੱਥੇ ਹੀ ਲਾਂਘੇ ਨੂੰ ਲੈ ਕੇ ਇੱਥੇ ਲੜਾਈ ਝਗੜਾ ਹੋਇਆ। ਇਹਦੇ ਵਿੱਚ ਧਰਮ ਪ੍ਰਚਾਰ ਵਾਲਾ ਐਂਗਲ ਕੋਈ ਨਹੀਂ ਹੈ, ਇੱਥੇ ਪੁਲਿਸ ਪਾਰਟੀ ਮੌਕੇ 'ਤੇ ਹੈ, ਜਿਹੜੇ ਆਂਢੀ ਗੁਆਂਢੀ ਵੀ ਨੇ ਉਹਨਾਂ ਤੋਂ ਸਾਰਿਆਂ ਦੀ ਤਸਦੀਕ ਕੀਤੀ ਗਈ ਹੈ, ਅਤੇ ਅਸੀਂ CCTV ਫੁਟੇਜ ਵੀ ਖੰਗਾਲ ਕੇ ਇਹਦੀ ਜੜ ਤੱਕ ਪਹੁੰਚਾਂਗੇ। ਉਹ ਸਾਰਾ ਜੀ ਅਸੀਂ ਵੇਰੀਫਾਈ ਕਰ ਰਹੇ ਹੈਗੇ, ਅਜੇ ਪੁਲਿਸ ਪਾਰਟੀ ਮੌਕੇ 'ਤੇ, ਅਤੇ ਜਿਹੜੀ ਬੰਦੀ ਕਾਰਵਾਈ ਹੈ ਉਹ ਆਪਾਂ ਕਰਾਂਗੇ। ਅਜੇ ਫਿਲਹਾਲ ਇੱਕ ਦੀ ਸਾਨੂੰ ਇੰਟੀਮੇਸ਼ਨ ਆਈ ਹੈ। ਅਜੇ ਅਸੀਂ ਮੌਕਾ ਦੇਖਣ ਆਏ ਹਾਂ, ਉਹ ਤੋਂ ਬਾਅਦ ਅਸੀਂ ਹੌਸਪਿਟਲ ਜਾ ਕੇ ਬੰਦੀ ਕਾਰਵਾਈ ਕਰਾਂਗੇ।
ਪੁਲਿਸ ਅਧਿਕਾਰੀ ਅਤੇ ਸੁਰਿੰਦਰ ਸਿੰਘ ਨੇ ਦੱਸਿਆ ਕਿ ਲਾਂਘੇ 'ਚ ਖੜ੍ਹੀ ਗੱਡੀ ਨੂੰ ਲੈ ਕੇ ਝਗੜਾ ਹੋਇਆ ਸੀ। ਪੁਲਿਸ ਨੇ ਕਿਹਾ ਕਿ ਸੋਸ਼ਲ ਮੀਡੀਆ 'ਤੇ ਲੋਕਾਂ ਵੱਲੋਂ ਝੂਠੀ ਅਫਵਾਹ ਫੈਲਾਈ ਜਾ ਰਹੀ ਹੈ ਕਿ ਧਰਮ ਨੂੰ ਲੈ ਕੇ ਨਿਹੰਗ ਸਿੰਘਾਂ ਅਤੇ ਪਾਸਟਰਾਂ ਵਿਚਕਾਰ ਝਗੜਾ ਹੋਇਆ। ਇਸ ਦੇ ਨਾਲ ਹੀ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮੁਲਜ਼ਮਾਂ ਦੇ ਖਿਲਾਫ਼ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। ਹੱਕੀ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ।